ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਕੀ ਹਾਲ ਚਾਲ ਸਾਰੇ ਦੋਸਤਾਂ ਦਾ ਉਮੀਦ ਕਰਨਾ ਸਾਰੇ ਠੀਕ ਹੋਣਗੇ ਅੱਜ ਦਾ ਵੀ ਲੌਗ ਕਰਨੇ ਸ਼ੁਰੂ ਵੀ ਲੌਗ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਚੈਨਲ ਢਿੱਲੋਂ ਵੀ ਲੌਗ ਫੈਮਿਲੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਜਿਸ ਤਰ੍ਹਾਂ ਤੁਹਾਨੂੰ ਢਿੱਲੋਂ ਫਾਰਮ ਦੀ ਡੇਲੀ ਅਪਡੇਟ ਦੇਈਦੀ ਏ आज शाम हो गई है ढिलोहार में पहुंच ते तो वहां ने काम जोड़ा अपना कम हो ए बॉस नहर पखे एरिया जिसे पखे लगने नहीं मुकम्मल ਤਿਆਰ ਹੋ ਗਿਆ ਹੈ ਪਲਸਤਰ ਵੀ ਹੋ ਗਿਆ ਹੈ ਇਸੇ ਤਰ੍ਹਾਂ ਇੱਥੋਂ ਲੈ ਕੇ ਪਰਲੀ ਸਾਈਡ ਵਾਲੀ ਦੀਵਾਰ ਜਿਹੜੀ ਸਾਰੀ ਮੁਕੰਮਲ ਹੋ ਗਈ ਮੁਕੰਮਲ ਪਿੱਲਰ ਬਣ ਗਏ ਨੇ ਸਾਰੇ ਦੋਨੇ ਸਾਈਡਾਂ ਤਿਆਰ ਹੋ ਗਿਆ ਨੇ ਸਹੀ ਹੋ ਗਿਆ ਜੀ ਤੇ ਅੱਗੇ ਜਾ ਕੇ ਹੁਣ ਤੁਹਾਨੂੰ ਵਖਾਣੇ ਅਸੀਂ ਉਰਲੀ ਦੀਵਾਰ ਕਿਉਂ ਕਹਿ ਦੀਵਾਰ ਨਜ਼ਰ ਨਹੀਂ ਆਉਂਦੀ ਪਈ ਇਨ ਦੋਨੇ ਸਾਈਡਾਂ ਜੀ ਤਿਆਰ ਹੋ ਗਈਆਂ ਨੇ ਅਸੀਂ ਦੇਖਦੇ ਪੈ ਜੇ ਐ ਦੀਵਾਰ ਵੀ ਤੇ ਉਹ ਵੀ ਦੀਵਾਰ ਐ ਸੈਂਟਰ ਆਲੇ ਪਿੱਲਰ ਸਾਰੇ ਮੁਕੰਮਲ ਤਿਆਰ ਹੋ ਗਏ ਨੇ ਐ ਦੀਵਾਰ ਮੁਕੰਮਲ ਪਲਸਟਰ ਹੋ ਗਈ ਏ ਇਹ ਛੱਤਾਂ ਪੈਣ ਗਈਆਂ ਨਰੀਆਂ ਜੀ ਛੱਤਾਂ ਤੋਂ ਬਾਅਦ ਐ ਜਿਹੜੀਆਂ ਦੀਵਾਰਾਂ ਆਪਣੇ ਸੌਰੀ ਬਾਰੀਆਂ ਨੇ ਇਹ ਬਾਰੀਆਂ ਲੱਗਣ ਗਈਆਂ ਠੀਕ ਹੋ ਗਿਆ ਇਹ ਅੱਲਾਹ ਦੀ ਮਿਹਰਬਾਨੀ ਨਾਲ ਇਹ ਦੂਸਰਾ ਸ਼ੈੱਡ ਜਿਹੜਾ ਉੱਪਰਲਾ मुकम्मल हो गया छतों ठीक हो गया जी सारा मुकम्मल छतों पर हो गया ए, खाले आई साइड तुम बहाव लगे हाँ सुलंग लगता पे एखो ए, <coughs> ए सुलंग लगी तोड़ लगना जी चार सौ चाली फुट जिथे तक दीवार है उतो शुरू हो के एक कोने तो ते दूसरे कोने तक मुकम्मल ਇਏ ਅਸੀਂ ਸੋਲੰਗ ਲਾ ਦੇ ਪਿਆ ਹਾਂ ਸੋਲੰਗ ਲਾਉਣ ਦਾ ਸਾਨੂੰ ਫਾਇਦਾ ਇਹ ਹੋਣਾ ਜੀ ਕੱਲ ਨੂੰ ਇਹ ਪ੍ਰਣਾਲਿਆਂ ਦਾ بارش ਪੁਰਸ਼ ਦਾ ਪਾਣੀ ਜਿਹੜਾ ਡਾਇਰੈਕਟ ਖਾਲਿਚ ਜਾਏਗਾ ਖਾਰਾ ਖੁਰਾ ਨਹੀਂ ਪੈਣਗੀਆਂ ਕੋਈ ਪਰੇਸ਼ਾਨੀ ਨਹੀਂ ਹੋਣੀ ਠੀਕ ਹੋ ਗਿਆ ਇਹ ਤੋੜ ਅਸੀਂ ਇਨਸ਼ਾਅੱਲਾ ਤਾਲਾ ਸੋਲੰਗ ਲਵਾ ਦੇਣਾ ਹੈ ਇਹ ਇਟਾਂ ਆਈਆਂ ਪਈਆਂ ਨੇ ਇਹ ਜਲਦੀ ਜਲਦੀ ਲਵਾ ਦੇ ਪੈ ਕਿਉਂਕਿ ਜ਼ਮੀਨ ਖਾਲੀ ਪਈ ਕੱਲ ਨੂੰ ਜ਼ਮੀਨ ਵੈਹ ਜਾਣੀ ਸੀ ਤੇ ਫਿਰ ਪ੍ਰੋਬਲਮ ਬਣੀ ਸੀ ਇਹ ਤੋੜ ਜਨਾਬ ਸਾਡਾ ਸੋਲੰਗ ਇਨਸ਼ਾਅੱਲਾ ਦੋ ਦਿਨਾਂ ਦੇ ਵਿੱਚ ਵਿੱਚ ਲੱਗ ਜਾਣਾ ਹੈ। ਕਾਇਆ ਐਂਡ ਤੇ ਉਹ ਪੈੜਾ ਵਾਲਾ ਹਿੱਸਾ ਰਹਿ ਗਿਆ ਹੈ। ਪੈੜਾ ਦੇ ਉੱਤੇ ਲੈਂਟਰ ਪਵੇਗਾ ਜੀ। ਸ਼ਟਰਿੰਗ ਵਾਲੇ ਨਹੀਂ ਆਏ ਅੱਜ। ਇਨਸ਼ਾਅੱਲਾ ਅੱਜ ਜਾਂ ਕੱਲ ਸ਼ਟਰਿੰਗ ਵਾਲੇ ਆ ਕੇ ਤੇ ਸ਼ਟਰਿੰਗ ਵਾਲੇ ਸ਼ਟਰਿੰਗ ਕਰ ਦੇਣਗੇ ਫਟਿਆਂ ਦੀ ਸਪੋਰਟਾਂ ਦੇ ਕੇ ਤੇ ਅਸੀਂ ਉੱਤੇ ਇਨਸ਼ਾਅੱਲਾ ਉਹਦੇ ਮਾਲ ਪਾ ਦੇਾਂਗੇ। ਸਹੀ ਹੋ ਗਿਆ। ਮਕਾਇਆ ਦੂਸਰੇ ਮਿਸਤਰੀ ਅਜ ਥੱਲੇ ਧਾਰਾ ਤੂਰਾ ਲਾande ਰਹੇ ਨੇ ਪੈੜਾਂ ਵਾਲੇ ਏਰੀਏ ਤੇ ਜਿੱਥੇ ਜੰਗਲੇ ਲੱਗੇ ਹੋਏ ਸਨ